ਉਹ ਪਜਾਮਿਆਂ ਦੇ ਨਾਲੇ ਸਾਲੇ ਬੰਨਣੇ ਨਹੀਂ ਆਉਂਦੇ, ਕਹਿੰਦੇ ਡੱਬ ਵਿੱਚ ਰੱਖੀਦਾ ਗਲਾਸ ਬਣ ਕੇ ਤੇਰੇ ਇਹ ਬੈਲੀਆਂ ਵਾਲੇ ਗੱਲ ਦੇਣੇ ਦੌੜ ਪਾੜ ਦੀ ਇਹ ਸਿਰ ਕੜੇ ਮਾਰ ਮਾਰ ਕੇ ਹਰਮਨ ਜੀਮਾ ਵਰਲਡ ਵਾਈਡ ਫੇਮਸ ਇੱਕੋ ਹੀ ਇੰਡੀਆ 'ਚ ਕੋਈ ਇੰਡੀਆ 'ਚ ਵੇਖੋ ਆ ਗਿਆ ਤੁਹਾਡਾ ਮੁੱਖ ਮੰਤਰੀ ਧਮਕ ਪੈਸਾ ਵਾਲਾ ਮੁੱਖ ਮੰਤਰੀ ਮਰ ਜਾਣੀ ਕਹਿੰਦੀ ਪਸਤੌ ਲੈ ਦੋ ਜੀ ਮੈਂ ਕਿਆ ਕੀ ਕਰਨਾ ਕਹਿੰਦੀ ਤਿੰਨ ਚਾਰ ਲੈਣੂ ਮੇਰਾ ਰਾਹ ਰੁਕ ਦੇ ਮੈਂ ਤਾਂ ਕੋਕਾ ਚੜਨਾ ਮੇਰਾ ਰਿਕਾਰਡ ਥੋੜੀ ਪੈਦਾ ਕਰ ਸਕਦਾ ਜਿਹੜਾ ਮੇਰੇ ਵਰਗੀ ਐਟਮ ਨਹੀਂ ਹੁਣ ਆਉਣੀ ਹੈਗੀ ਦੁਬਾਰਾ ਮੇਰੇ ਵਰਗੀ ਐਟਮ ਨਹੀਂ ਹੁਣ ਆਉਣੀ ਹੈਗੀ ਦੁਬਾਰਾ ਇਸ ਗੀਤ ਤੋਂ ਬਾਅਦ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਮੁੱਖ ਮੰਤਰੀ ਵੱਲੋਂ ਸਿੱਧੂ ਮੂਸੇਵਾਲੇ ਨੂੰ ਰਿਪਲਾਈ ਕੀਤਾ ਗਿਆ ਹੈ ਪਰ ਇਹ ਗੱਲ ਮੁੱਖ ਮੰਤਰੀ ਨੇ ਲਾਈਵ ਹੋ ਕੇ ਸਪਸ਼ਟ ਕਰ ਦਿੱਤੀ ਸੀ ਕਿ ਉਸ ਵੱਲੋਂ ਕਿਸੇ ਨੂੰ ਵੀ ਟਾਰਗੇਟ ਨਹੀਂ ਕੀਤਾ ਗਿਆ ਵੀਰੇ ਗਾਣਾ ਹੀ ਕਿਸੇ ਦੇ ਗਲਤ ਬਾਰੇ ਕਿਸੇ ਦੇ ਬਾਰੇ ਨੇ ਬਣਾਇਆ ਗਾਣਾ ਹੈ ਆਪਣੀ ਮਿਹਨਤ ਨਾਲ ਬਣਾ ਪਰ ਹੁਣ ਮੁੱਖ ਮੰਤਰੀ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ ਜਿਵੇਂ ਹੀ ਮੁੱਖ ਮੰਤਰੀ ਦਾ ਮਾਮਲਾ ਠੰਡਾ ਪੈਂਦਾ ਹੈ ਤਾਂ ਕੋਈ ਨਾ ਕੋਈ ਨਵਾਂ ਮਾਮਲਾ ਸਾਹਮਣੇ ਆ ਜਾਂਦਾ ਇਸ ਵਾਰ ਤਾਂ ਮੁੱਖ ਮੰਤਰੀ ਨੂੰ ਸੋਸ਼ਲ ਮੀਡੀਆ ਤੇ ਇੱਕ ਪੁਰਾਣੇ ਸੁਪਰ ਸਟਾਰ ਵੱਲੋਂ ਖੁੱਲ੍ਹਾ ਚੈਲੰਜ ਕਰ ਦਿੱਤਾ ਗਿਆ ਹੈ ਵਰਲਡ ਵਾਈਡ ਫੇਮਸ ਹਰਮਨ ਚੀਮਾ ਨੇ ਕਾਫੀ ਲੰਬੇ ਸਮੇਂ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਮੁੱਖ ਮੰਤਰੀ ਨੂੰ ਕੁਝ ਖਰੀਆਂ ਖਰੀਆਂ ਸੁਣਾਈਆਂ ਮੁੱਖ ਮੰਤਰੀ ਨੂੰ ਆਪਣੇ ਮੁਕਾਬਲੇ 'ਚ ਦੇਖਦੇ ਹੋਏ ਚੀਮਾ ਨੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਭਾਜੀ ਤੁਸੀਂ ਮੈਂ ਤੁਹਾਨੂੰ ਕੀ ਕਹਿ ਰਿਹਾ ਸੀਗਾ ਮੇਰੀ ਪਹਿਲੀ ਫਿਲਮ ਆਈ ਸੀ ਬੱਚੀ ਬਲੈਕੀ ਆ 21 ਕੰਟਰੀਆਂ ਵੱਲੋਂ ਅਵਾਰਡ ਮਿਲਿਆ ਮੇਰੀ ਫਿਲਮ ਨੂੰ ਮੁੱਖ ਮੰਤਰੀ ਦੀ ਮੰਜੀ ਟੋਕਣੀ ਆ ਹੁਣ ਆਪਾਂ ਨੇ ਥੋੜੇ ਦਿਨ ਤੱਕ ਨਾ ਮੁੱਖ ਮੰਤਰੀ ਯਾਰ ਭਾਜੀ ਮੇਰੇ ਨਾਲੋਂ ਪੱਧਰ ਕਾਰਡ ਉਹਦੇ ਨਾਲੋਂ ਪੱਧਰ ਕਾਰਡ ਮੇਰਾ ਪਿਆ ਯੂਟਿਊਬ ਤੇ ਜਿਹੜਾ ਹਾਂਜੀ ਲੈਜੰਡ ਲੈਜੰਡ ਬੰਦਾ ਹੁੰਦਾ ਆ ਜਿਹੜਾ ਰਿਕਾਰਡ ਮੈਂ ਜਿਹੜਾ ਕੁਛ ਮੈਂ ਕਰ ਗਿਆ ਉਹ ਬੰਦਾ ਨੀ ਕਦੇ ਕਰ ਸਕਦਾ ਹੈਗਾ ਪੰਜਾਬੀ ਇੰਡਸਟਰੀ ਦੇ ਵਿੱਚ ਪਹਿਲਾ ਸਿੰਗਰ ਮੈਂ ਆ ਜਿਹੜਾ ਕਿ ਇੱਕ ਗਾਣੇ ਤੇ ਆਸਟ੍ਰੇਲੀਆ ਨਿਊਜ਼ੀਲੈਂਡ ਟੂਰ ਲਾ ਕੇ ਆਇਆ ਸੀ ਹਾਂਜੀ ਹਾਂਜੀ ਉਹ ਮੇਰੇ ਵਾਲਾ ਰਿਕਾਰਡ ਥੋੜੀ ਪੈਦਾ ਕਰ ਸਕਦਾ ਜਿਹੜਾ ਮੇਰੇ ਵਰਗੀ ਐਟਮ ਨਹੀਂ ਹੁਣ ਆਉਣੀ ਹੈਗੀ ਦੁਬਾਰਾ ਮੈਂ ਕਿਹਾ ਮੇਰੇ ਵਰਗਾ ਬੰਦਾ ਨੀ ਆਉਣਾ ਦੁਬਾਰਾ ਵਾਪਸ ਹਰਮਨ ਚੀਮਾ ਵਰਲਡ ਵਾਈਡ ਫੇਮਸ ਇੱਕੋ ਹੀ ਇੰਡੀਆ 'ਚ ਹਰਮਨ ਚੀਮਾ ਦੀ ਇਹ ਵੀਡੀਓ ਦੇਖਣ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਇਹ ਗੱਲ ਤਾਂ ਸਪਸ਼ਟ ਹੋ ਗਈ ਹੈ ਕਿ ਚੀਮਾ ਵੱਲੋਂ ਮੁੱਖ ਮੰਤਰੀ ਦੀ ਹੋ ਰਹੀ ਚੜ੍ਹਾਈ ਜਰੀ ਨਹੀਂ ਜਾ ਰਹੀ ਜਿਸ ਕਾਰਨ ਉਸ ਵੱਲੋਂ ਆਪਣੀ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਖਰੀਆਂ ਖਰੀਆਂ ਸੁਣਾਈਆਂ ਗਈਆਂ ਬਿਊਰੋ ਰਿਪੋਰਟ D5 ਚੈਨਲ ਪੰਜਾਬੀ